السلام علیکم، میں ہم علیک عثمان تسارے دے وے یوٹیوب چینل سراکی ویلوگز. اللہ تعالیٰ دے رحمت کرم فضل اور شکر دے نال آئیدہ ولاگ کہیں شروع جلے سالے چینل تو نہیں چینل کو مارو سبسکرائب تے ولا شروع کرے نو آئیدی مزدار ویڈیو. تو ماشاء اللہ ویورس سٹینڈ سی چاہ گئی دی آج میں کو سی سٹینڈ دی آمنے سی کام تھوڑا یا کام سی کیوں آمنے اون تھوڑی دیر تک جلدے سے موٹر سائیکل تے وال سی تک دسیندے سے بھی سٹینڈ جڑا او کیوں کام آمنے ਕਿਉਂਕਿ ਅਸੀਂ ਬੀਜਣ ਦੇ ਪੈਸੇ ਪਨੀਰੀ ਅਤੇ ਪਨੀਰੀ ਦੇ ਨਾਲ ਅਸੀਂ ਰੱਖਤੇ ਜਿੱਥਾਂ ਅਸੀਂ ਸੱਟਣੀ ਅੱਜ ਇੱਕ ਸ਼ਾਇਦ ਨਵੀਂ ਟਕਨੀਕ ਜੀ ਸੱਟਣੀ ਹੈ ਦੇਖਦੇ ਸੀ ਵੀ ਦਸ ਕਰੇਂਦੀ ਹੈ ਜਾਂ ਨਹੀਂ ਕਰੇਂਦੀ. ਕਹਿੰਦੇ ਅਸੀਂ ਦੁਕਾਨ 'ਤੇ ਹਾਲੇ ਫਿਲਹਾਲ ਦੁਕਾਨ ਬੰਦ ਹੈ ਅਸੀਂ ਸੱਚ ਮੇਰਾ ਹੁਣ ਦੁਕਾਨ 'ਤੇ ਫਿਰ ਤੇ ਰਹਿੰਦਾ ਫਿਰ ਦੁਕਾਨ 'ਤੇ ਮਤਲਬ ਦਿਆ ਹੁਣ ਗਿਆ ਅਤੇ ਮੋਟਰਸਾਈਕਲ ਮੈਂ ਹੁਣ ਬਾਹਰ ਕੱਢ ਕੀਤੇ ਅਤੇ ਹੁਣ ਜੁਲਦੇ ਸੀ ਸਟੈਂਡ ਵਿੱਚ ਆ ਗਏ ਕਿਉਂਕਿ ਸਟੈਂਡ ਆਉਣੇ ਸੀ ਕੰਮ ਇਹ ਕਿਉਂ ਕੰਮ ਆਉਣੇ ਤਾਂ ਖੂਬ ਥੀ ਜੁਲਦੇ ਮੈਂ ਦੱਸਣਾ. ਤੋ ਵੀਵਰਸ ਮੈਂ ਸੀ ਮੇਰਾ ਪਿਆ ਮਰੱਬੇ ਸੀ ਨਸਾਰ ਆ ਕੇ ਮੇਰੇ ਕੁਛ ਇਹ ਜੁਲ ਹੁਣ ਜੁਲਦੇ ਸੀ ਇੰਕ ਵੀ ਚਾਹ ਤੇ ਜੁਲਦੇ ਸੀ ਇਹ ਰਸਤੇ ਜਾਂਦਾ ਆਇਆ ਗਾਂ ਆਇਆ ਆਇਆ ਛੇਤੀ ਆ ਭੱਜ ਗਏ ਇਹ ਸੀ ਮਸ਼ਾਲ ਆਉਂਦਾ ਵੇ ਤੇ ਫਿਰ ਕੀ ਆ ਤੇਰੀ ਤੇਰੀ ਕਿਹੜੀ ਕਿਸੇ ਨੂੰ ਖਾ ਜਾਣਾ ਚੱਲ ਆ ਬਹਿ ਚਲੋ ਚਲੀਏ ਪੱਠੇ ਲੈਣ ਚੱਲਾਂ ਹੈ ਇਮਰਾਨ ਦੇ ਪੱਠੇ ਲੈ ਕੇ ਚਲੋ ਇਹ ਆਉਂਦਾ ਨਾ ਹੋਵੇ ਨਾ ਹੋਵੇ ਮੋਟਰਸਾਈਕਲ ਲੈ ਆਵਾਂ ਮੈਨੂੰ ਤਾਂ ਦੇਰ ਲੱਗ ਜਾਣੀ ਮਾਸ਼ਾਅੱਲਾ ਦੇਰੇ ਤੇ ਅਸੀਂ ਪੁੱਜੇ ਹਾਂ ਅਤੇ ਹੁਣ ਮੈਂ ਕੋ ਕਹੀ ਚਾਹ ਕਿਤੇ ਵੀ ਹੁਣ ਪੱਲੀ ਦੀ ਲੋੜ ਹੈ ਹੁਣ ਪੱਲੀ ਮਾਮੇ ਕੋਲ ਪੁੱਛਦੇ ਸੀ ਜੇ ਚੁੰਬੇ 'ਤੇ ਹੈ ਤਾਂ ਪੱਲੀ ਵਾਲਾ ਚਾਹ ਤਾਂ ਜੁਲਦੇ ਸੀ ਇਹਦੇ ਕਿਉਂਕਿ ਪੱਲੀ ਦੀ ਕੰਮ ਆਉਣੀ ਹੈ ਮੇਰੇ ਕੋਲ ਪੱਲੀ ਕਹਿੰਦੀ ਨਹੀਂ ਲੱਭਦੀ ਤਾਂ ਵੱਲ ਸੀ ਮਾਮੇ ਦੀ ਰੇੜੀ ਖੜੀ ਹੈ ਚਲੋ ਰੇੜੀ ਦੇ ਉੱਤੇ ਚਾਹ ਦੇ ਸਾਠ ਚੈੱਕ ਕਰਦੇ ਸੀ ਪਹਿਲੇ ਮਾਮੇ ਕੋਲ ਪੁੱਛ ਗਈ ਨੂੰ ਉਹਨਾਂ ਰੇੜੀ ਕੀਤੀ ਚਲੋ ਮਾਂ ਠੀਕ ਹੈ ਰੇੜੀ ਕਿਹਦੀ ਵੇਨਾ ਮੈਂ ਰੇੜੀ 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 ਕਿਹਦੀ ਵੇਨਾ ਉਹ ਜਿਹੜੀ ਉੱਥੇ ਸਵਾਹ ਪਈ ਹੈ ਉਹ ਚਾਹ ਤੇ ਉਹਦਾ ਧੜ ਨਾਲ ਸੜਨੀ ਹੈ ਮੈਂ ਕਹਿੰਦੀ ਇੱਕ ਰੇੜੀ ਸੜਨੀ ਹੈ ਚਲੋ ਯਾਰ ਮਾਮੇ ਕੋਲ ਪੁੱਛ ਕੀਤੀ ਹੈ ਇਹ ਸੀ ਰੇੜੀ ਖੜੀ ਹੈ ਪੱਲੀ ਤੂੰ ਵੀ ਲੱਭੇ ਕਹਿਣਾ ਅਤੇ ਰੇੜੀ ਖੜੀ ਚਲੋ ਇੱਕ ਰੇੜੀ ਥੀ ਸੀ ਜਾਂ ਦੋ ਰੇੜੀਆਂ ਥੀ ਸੀ ਚਾਹ ਤੇ ਸਾਡੇ ਨੇ ਸੀ ਥੱਲੇ ਕਿਉਂਕਿ ਵੱਲ ਸੀ ਬੇਜ ਉੱਤੇ ਪੋਸੀ ਅਤੇ ਵੱਲ ਉੱਤੇ ਥੋੜ੍ਹਾ ਥੋੜ੍ਹਾ ਪਤਲਾ ਪਤਲਾ ਛੱਟਾ ਜਿਹੜਾ ਉਹ ਵੀ ਆ ਲਿਆਉਣਾ ਪੋਸੀ ਤੁਸੀਂ ਸਾਂ ਕਿ ਹੁਣ ਜਿਹੜੀ ਰੇੜੀ ਖੜੀ ਹੈ ਰੇੜੀ ਮੈਂ ਜੋਗੀ ਨਾ ਜੋਣ ਤੋਂ ਬਾਅਦ ਇੱਕ ਗਿੰਝੁਲਦੇ ਸੀ ਰੇੜੀ ਸੀ ਜੋ ਆਇਆ ਅਤੇ ਹੁਣ ਸੀ ਸਵਾਹ ਜਿਹੜੀ ਉੱਤੇ ਲੋਟ ਪੈਣਾ ਸੀ
ਰੇਹੜੀ ਸੀ ਇੱਕ ਲੋਡ ਕਰ ਗਈ। ਚੱਲ ਕਿਉਂ ਖੜਦੀ ਪਈ? ਅਤੇ ਹੁਣ ਗਿਧੀ ਮੈਂ ਨਾ ਕਿਆਰੀ ਦੀ ਤਰਫ, ਕਿਆਰੀ ਜੋਤ ਦੇ ਸੱਟੇਂਦੇ ਸੀ ਕਿ ਕੱਲ ਅਸੀਂ ਰੂਟਰ ਲਗਾ ਪਏ ਸਾਂ ਕਿ ਖੋਤੀ ਜਿਹੜੀ ਹੈ ਥੋੜ੍ਹੀ ਜਿਹੀ ਤੰਗ ਥੀ ਨਹੀਂ ਪੀਏ। ਚੱਲ ਆ ਜਾ, ਅਸੀਂ ਸਾਹਮਣੇ ਕਿਆਰੀ ਆ ਗਈ। ਕਿਆਰੀ ਤਾਂ ਵੀਅਰਸ ਅੱਧੀ ਸੀ ਨਹੀਂ ਤੀਗੀ, ਅੱਧੀ ਸੁੱਕੀ ਹੈ। ਕਮਾਂ ਤੱਕ ਲਿਖੇ ਨਾ ਦੇਖੋ, ਹੁਣ ਉੱਪਰਲੀ ਸਾਈਡ ਸੀ ਨਹੀਂ ਥੀ ਪੀ। ਅਸੀਂ ਵੀਅਰਸ ਖੋਤੀ ਜਿਹੜੀ ਹੈ ਨਾ ਥੋੜ੍ਹੀ ਜਿਹੀ ਤੰਗ ਥੀ ਨਹੀਂ ਪੀਏ। ਚਲਾ ਮੰਜਾ ਦੀਦੀ। ਅਤੇ ਹੁਣ ਅਸੀਂ ਲੈਣੇ ਪੈਸੇ ਛੱਟਾ ਰੂੜੀ ਦਾ, ਇੱਕ ਰੇੜੀ ਸੀ ਬਾਹਰ ਹੁੰਦਾ ਸੀ, ਛੱਟਾ ਦੇ ਗਿੰਦੇ ਅਤੇ ਛੱਟਾ ਦੇਵਣ ਤੋਂ ਬਾਅਦ ਬਲ ਸਿੰਘ ਦੇ ਸੰਭਾਲ ਬਈ ਰੂੜੀ ਜਿਹੜੀ ਹੈ ਉਹ ਫਾਰਮ ਸੀ, ਅਤੇ ਕਿਆਰੀ ਮੇਰੀ ਅੱਧੀ ਜਿਹੜੀ ਹੈ ਨਾ ਅੱਧੀ ਉਹ ਗਿੱਲੀ ਥੀ ਖੜੀ ਹੈ। ਹੁਣ ਦੇਖਦੇ ਸੀ ਵੀ ਊਂ ਗਿੱਲੀ ਥੀ ਦਾ ਕਿਆ ਬਣਦੇ, ਤੁਸੀਂ ਤਾਂ ਕਿਉਂ ਨਹੀਂ ਪਤਾ ਲੈ ਡੇਢ ਗਈ। ਇਹਨੇ ਸੇ ਫਸਟ ਟਾਈਮ ਛੱਟਾ ਰੇੜੀਆਂ ਸੀ ਸੱਟਾਂ ਵਿੱਚ, ਇੱਕ ਰੂੜੀ ਦੀ ਆਈ, ਇੱਕ ਤਾਂ ਪਤਾ ਇੱਥਾਂ ਸੱਟੀ ਖੜਿਆ ਸੀ, ਦੂਜਾ ਪਰਾਲੀ, ਇੱਕ ਰੇੜੀ ਸਵਾਦ ਹੀ ਹੁੰਦੀ ਆਈ। ਅਤੇ ਹੁਣ ਇੱਕ ਰੇੜੀ ਬਈ ਜਿਹੜੀ ਉਹ ਚਾਣਵੇਂ ਨਾ ਪਿਆ ਚੁੰਬੇ ਤੋਂ, ਕਿਉਂਕਿ ਇੱਕ ਰੇੜੀ ਚੁੰਬੇ ਵਾਲੀ ਜਿਹੜੀ ਸਵਾਦ ਉਹ ਵੀ ਸੱਟੇ ਨਾਲ ਜੁਲਦੇ, ਅਤੇ ਹਿੱਸਾ ਕਿ ਰੇੜੀ ਹੁਣ ਖੇਂਦੇ ਤਾਂ ਮੈਂ ਵੀ ਨਾ ਪਿਆ, ਅਤੇ ਪਸੀਨਾ ਵੀ ਦੇ ਗਿਣੋ ਕਿਤਨਾ ਜ਼ਿਆਦਾ ਸੀ ਆ ਗਏ ਮੇਰੇ ਕੋਲ, ਮੇਰੇ ਕੋਲ ਸਾਰਾ ਪਸੀਨਾ। ਹੁਣ ਇਹ ਨਾਲ ਲਿਖੋ ਗਰਮੀ ਹੈ ਹਾਲੀ, ਅਤੇ ਮੈਂ ਇਹ ਤੁਸੀਂ ਚੁੰਬੇ ਦੇ ਕਰੀਬ ਹੁਣ ਪੁੱਜ ਗਿਆ ਜੁਲ, ਅਤੇ ਹੁਣ ਚੁੰਬੇ ਤੋਂ ਇੱਕ ਰੇੜੀ ਫਰੇਂਦੇ ਸੀ, ਤਾਂ ਉਹ ਵੀ ਦਿਖੇ ਸੀ ਚੁੰਬੇ ਵਾਲੀ ਸਵਾਹ ਕਿਵੇਂ ਹੁੰਦੀ ਹੈ, ਅਤੇ ਉਹ ਵਾਲੀ ਜਿਹੜੀ ਸੱਟੇ ਸੀ ਸਵਾਹ ਉਹ ਕਿਵੇਂ ਆਈ। ਚੁੰਬੇ ਵਾਲੀ ਸਵਾਹ ਅਸੀਂ ਫਰ ਆਏ ਹਾਂ ਜਿਹੜੇ ਚੁੰਬੇ ਦੇ ਤਲੇ ਪਾ ਦੇ, ਤਾਂ ਪਤਾ ਚੂਰੇ ਦੀ ਬਲੇਂਦੇ ਉਹਨਾਂ ਨੇ, ਇਹ ਸੀ ਚੂਰੇ ਵਾਲੀ ਸਵਾਹ ਇਹ ਸਾਰੀ ਰੇੜੀ। ਇਹ ਡੂ ਰੇੜੀਆਂ ਅੱਗੇ ਸਾਡੀਆਂ ਤ੍ਰੀਜੀ ਰੇੜੀ ਇਹ ਦੇਖੋ, ਇਹ ਡੂ ਰੇੜੀਆਂ ਨਾਲ ਵਾਲੀ ਕਿਵੇਂ ਥਈ ਪਈ। ਇਹ ਵਾਲੀ ਰੇੜੀ ਵੀ ਹੁਣ ਕਲਟੀ ਕਰਨ ਸੇ ਅਸੀਂ ਸੱਟੇਂਦੇ ਸੇ ਇਹ ਜਗ੍ਹਾ 'ਤੇ, ਅਤੇ ਇਹ ਜਗ੍ਹਾ ਦੇਖੋ ਸੀ ਨਹੀਂ ਸੀਗੀ ਦੇਖੋ ਸਾਰੀ। ਕੋਈ ਨਹੀਂ ਇੱਥਾਂ ਬੀਜਣੀ ਤਾਂ ਅਸਾਂ ਪਨੀਰੀ ਹੈ, ਸਿੰਨੀ ਥੀ ਗਈ ਹੈ ਤਾਂ ਕੋਈ ਗੱਲ ਨਹੀਂ। ਤਾਂ ਹੁਣ ਇਹ ਆਖਰੀ ਰੇੜੀ ਹੈ, ਇਹ ਤਾਂ ਸੱਟੇਂਦੇ ਸੀ, ਅਤੇ ਉਮੀਦ ਹੈ ਜਿਹੜੀ ਅੱਜ ਦੀ ਰੂੜੀ ਉਹ ਪੂਰੀ ਥੀ ਵੀ ਸੀ। ਹਾਂ ਕਿ ਸਵਾਦ ਜਿਹੜੀ ਜਗ੍ਹਾ 'ਤੇ ਸੱਟ ਗਏ ਸੀ ਉਹ ਅਸੀਂ ਕਿਹੋ ਜਿਹੀ ਲੱਗਦੀ ਵੀ ਪਹਿਲੇ ਕਿਵੇਂ ਆਈ ਅਤੇ ਹੁਣ ਕਿਵੇਂ ਹੈ, ਇਹ ਸੀ ਮਾਸ਼ਾਅੱਲਾ ਜਗ੍ਹਾ। ਇਹ ਸਾਰੀ ਦੇਖੋ ਸਵਾਹ ਪਈ ਹੁਣ ਸਾਰੀ, ਇਹ ਦੇਖੋ ਜਿੱਥੇ ਅਸੀਂ ਗੱਪ ਪਈ ਉਹ ਜਗ੍ਹਾ ਦੇ ਗਿਣੋ,
ਦੇਖੋ ਕਿਵੇਂ ਥੀ ਗਈ, ਸਾਰੀ ਸਵਾਹ ਪਈ ਹੈ, ਸਵਾਹ ਸੱਟ ਗਈ ਹੈ ਸਾਰੀ। ਅਤੇ ਉਮੀਦ ਹੈ ਵੀਵਰਸ ਕਿ ਜਿਹੜੀ ਸਵਾਹ ਸੱਟ ਗਈ ਹੈ ਮੈਂ ਸੀ ਉਹ ਪੂਰੀ ਥੀ ਗਈ ਸੀ। ਅਤੇ ਗਰਮੀ ਵੀ ਕਿਤਨੀ ਹੈ, ਦੇਖੋ ਹੱਥ ਕਾਲੇ ਥੀ ਗਏ ਸਵਾਹ ਨਾਲ, ਤਾਂ ਪਤਾ ਸਵਾਹ ਨਾਲ ਜਿਹੜਾ ਨਾ ਬੰਦਾ ਵੀ ਕਾਲਾ ਥੀ ਵੀ ਦੇ ਤਾਂ ਵੱਲ ਵੀ ਹੱਥ ਹੈ। ਠੀਕ ਸਾਂ ਕਿ ਹੁਣ ਅਸੀਂ ਰੇਹੜੀ ਵਧੇਂਦੇ ਸੀ, ਅਤੇ ਕਿਉਂਕਿ ਰੇਹੜੀ ਦਾ ਕੰਮ ਜਿਹੜਾ ਉਹ ਖਤਮ ਥੀ ਗਏ, ਠੀਕ ਸਾਂ ਕਿ ਮੈਂ ਅਸੀਂ ਹੁਣ ਰੇਹੜੀ ਉੱਥਾਂ ਪੱਤੇ ਕਾਤੇ ਵਧਾ ਦੇਣਾ। ਅਤੇ ਗਰਮੀ ਵੀ ਕਿਤਨੀ ਹੈ, ਅਤੇ ਜੁਲਦੇ ਸੀ ਜੁਲਦੇ ਨਲਕੇ ਤੋਂ ਪਾਣੀ ਪੀਂਦੇ ਸੀ ਠੰਡਾ ਠੰਡਾ ਕੱਢਦੇ, ਅਤੇ ਥੋੜ੍ਹੀ ਜਿਹੀ ਅਕਸੀਰਮ ਦੀ ਪੀਏ ਉਹ ਵੀ ਜੁਲਦੇ ਬੰਦ ਕਰਦੇ ਸੀ ਤਾਂ ਕਿ ਨੁਕਸਾਨ ਨਾ ਥੀਵੇ। ਅਤੇ ਚਲੋ ਜੀ ਹੁਣ ਜੁਲਦੇ ਸੀ, ਚਲਾ ਪੰਜਾਰੋ ਪੰਜਾਰੋ ਵੀ ਜੁਲਦੇ ਵਧਾ ਛੁੜੇ ਸੀ, ਉਹ ਕਹੀਂ ਦਾ ਕੰਮ ਵੀ ਖਤਮ ਥੀ ਗਏ, ਇਹ ਇਵੇਂ ਖੜੀ ਨਾ ਰਹਿ ਵਜੇ ਵੱਲ ਸੀ ਉਹ ਥੋੜ੍ਹੀ ਦੇਰ ਤੱਕ ਮਾਮੇ ਲਿਆਉਣੀ ਇਹਦੇ 'ਤੇ ਗੰਨੇ ਠੂਏ ਸਨ, ਅਤੇ ਵੱਲ ਉਤਨੀ ਦੇਰ ਚਲੋ ਸਹੀ ਕੱਢ ਗਈ ਸੀ। ਇਹ ਸੀਰ ਥੋੜ੍ਹੀ ਜਿਹੀ ਮੇਰੇ ਕੋਲ ਸੀਰ ਪਾਉਂਦੀ ਪਈ ਕਮਾਨ ਦੇ ਵਿੱਚ, ਇਹ ਜਗ੍ਹਾ ਕਾਫੀ ਸਿੰਨੀ ਥੇਕਲੀ, ਅਤੇ ਇਹ ਖਲ ਦਾ ਗਿਆਂ ਵਾਂ ਅਤੇ ਸੀਰ ਜਿਹੜੀ ਪਿੱਛੋਂ ਵਾਂ ਅਤੇ ਬੰਦ ਕਰ ਰਿਹਾ ਮੈਂ, ਕੋਈ ਨੁਕਸਾਨ ਨਾ ਥੀ ਵੇ ਇਹ ਵਾਲਾ ਸੀ। ਇਹ ਦੇਖੋ ਇੱਥਾਂ ਵੱਲ ਥੋੜ੍ਹੀ ਜਿਹੀ ਮਿੱਟੀ ਰੱਖੇ, ਮੈਂ ਮਿੱਟੀ ਰੱਖਣ ਤੋਂ ਬਾਅਦ ਸੀਰ ਵੀ ਪਿੱਛੋਂ ਮਾਸ਼ਾਅੱਲਾ ਵਾਂ ਅਤੇ ਲੇਪ ਆਇਆ ਫੱਟੀ, ਤਾਂ ਕਿ ਫੱਟੀ ਜਿਹੜੀ ਉਹ ਝਰੇ ਨਾ ਅਤੇ ਇਹਨੂੰ ਨੁਕਸਾਨ ਨਾ ਥੀਵੇ ਕਮਾਨ ਦਾ, ਕਿਉਂਕਿ ਤੱਕ ਪਤਾ ਪਾਣੀ ਇੱਕ ਵਾਰ ਲੱਗਾ ਪਿਆ ਹੋਵੇ ਤਾਂ ਵੱਲ ਉੱਤੇ ਵੀ ਆ ਫਿਰ ਵਜੇ ਨਾ ਅਤੇ ਨੁਕਸਾਨ ਥੀਂਦਾ ਰਹਿੰਦੇ। ਅਤੇ ਪਾਣੀ ਵੀ ਮਾਸ਼ਾਅੱਲਾ ਵਾਂ ਅਤੇ ਪੀ ਆਇਆ, ਅਤੇ ਹੁਣ ਮੈਂ ਨਾ ਪਿਆ ਮੋਟਰਸਾਈਕਲ ਦੀ ਤਰਫ, ਅਤੇ ਮੋਟਰਸਾਈਕਲ ਛਕਿੰਦੇ ਸੀ ਅਤੇ ਰਵਾਨਾ ਥੀਂਦੇ ਸੀ ਹੁਣ ਘਰ ਦੀ ਤਰਫ, ਕਿਉਂਕਿ ਗਰਮੀ ਸਹੀ ਦਿਨ ਬ ਦਿਨ ਹੁਣ ਸਹੀ ਜਿਹੜੀ ਹੈ ਨਾ ਗਰਮੀ ਉਹ ਵਧਦੀ ਪੈਂਦੀ ਵਧਦੀ ਪੈਂਦੀ, ਹੁਣ 40 ਅਤੇ 48 ਜਿਹੜਾ ਹੈ ਨਾ ਟੈਂਪਰੇਚਰ ਹੈ, ਅਤੇ ਇਤਵਾਰ ਵਾਲੀ ਲੀਂ ਦਾ ਜਿਹੜਾ ਹੈ ਨਾ ਉਹ 50 ਦਸਣੇ ਪੈਣ, ਦੇਖੋ ਬਈ ਹੁਣ ਕਿਆ ਬਣਦੇ ਇਤਵਾਰ ਵਾਲੀ ਲੀਂ ਦਾ। ਇਤਵਾਰ ਵਾਲੀ ਅੱਜ ਕਿਲੋ ਗਰਮੀ ਜਿਹੜੀ ਅਸੀਂ ਨਾ ਉਹ ਜ਼ਿਆਦਾ ਉਹ ਸੀ, ਅਤੇ ਸਾਂ ਕਿ ਜੇ ਹੁਣ ਕਿਆ ਕਰ ਸਕਦੇ ਸੀ, ਅਤੇ ਗਰਮੀ ਸੀ ਤਾਂ ਗਰਮੀ ਤਾਂ ਪਾਉਣੀ, ਕਿਉਂਕਿ ਪਿਛਲੇ ਸਾਲ ਬਚਾਊ ਥੀ ਗਿਆ ਅਸੀਂ ਸਾਲ ਗਰਮੀ ਜਿਹੜੀ ਉਹ ਜ਼ਿਆਦਾ ਹੈ। ਅਤੇ ਮੋਟਰਸਾਈਕਲ ਮਾਸ਼ਾਅੱਲਾ ਹੁਣ ਮੋਟਰਸਾਈਕਲ ਬਹਿ ਗਈਆਂ, ਅਤੇ ਹੁਣ ਮੋਟਰਸਾਈਕਲ ਮੁੜੇਂਦੇ ਸੀ ਹੁਣ ਅਸੀਂ ਰਵਾਨਾ ਥੀ ਗਿਆ ਘਰ ਦੀ ਤਰਫ, ਤੁਸੀਂ ਮੈਂ ਘਰ ਆ ਗਿਆ ਮੀ, ਅਤੇ ਹੁਣ ਸੀ ਬੈਠਾ ਬਾਹਰੋਂ ਦੁਕਾਨ ਦੇ ਬਾਹਰੋਂ, ਕਿਉਂਕਿ ਲੈਟ ਸੀ ਹੈ ਕਹਿਣਾ ਲੈਟ ਹੀ ਹੁਣ ਹੀ ਜੇ ਥੋੜ੍ਹੀ ਦੇਰ ਪਹਿਲੇ, ਅਤੇ ਗਰਮੀ ਦਾ ਜਿਹੜਾ ਸੇਕਾ ਲਗਾ ਖੜੇ ਨਾ ਉਹ ਇਤਨਾ ਲਗਾ ਖੜੇ, ਸ਼ਦੀਦ ਸੇਕਾ ਲਗਾ ਖੜੇ ਮੇਰੇ ਕੋਲ, ਤੱਕ ਯਕੀਨ ਕਹਿਣਾ ਸੀ ਤੱਕ ਮੈਂ ਛੋਕਰੇ ਕੋਲ ਪੁਛਵਾ ਗਿੰਦਾ ਵੀ ਸੇਕਾ ਲਗਾ ਖੜੇ ਜਾਂ ਕਹਿਣ ਲੱਗਾ ਖੜਾ, ਐਸ ਹੀ ਗਰਮੀ ਲੱਗੀ, ਗਰਮੀ ਹੈ ਕਹਿਣਾ ਬਹੁਤ ਗਰਮੀ ਹੈ, ਅੱਖਾਂ 'ਚ ਪਾਣੀ ਨਿਕਲ ਆਏ, ਇਹ ਦੇਖੋ ਕਿਤਨੀ ਗਰਮੀ ਹੈ, ਦੇਖੋ ਇਹਦੀ ਗੱਲ ਦਾ ਯਕੀਨ ਤਾਂ ਆ ਗਏ, ਇਤਨੀ ਗਰਮੀ, ਇਤਨੀ ਗਰਮੀ, ਸ਼ਦੀਦ ਗਰਮੀ ਹੈ ਜਿਹੜਾ ਹੈ ਨਾ ਟੈਂਪਰੇਚਰ ਇਤਵਾਰ ਵਾਲੇ ਦਿਨ ਖਾਸ ਤੌਰ 'ਤੇ ਉਹ ਅਸੀਂ 50 'ਤੇ ਵੰਜਣ ਦਾ ਇਨਕਾਮ ਹੈ, ਹਾਲੇ ਤਾਂ 47-48 ਹੈ ਅਤੇ ਡੇਗੀ ਨੂੰ ਇਹ ਹਾਲ ਹੈ, ਜਿਹੜੇ 50 'ਤੇ ਗਿਆ ਪਿਆ ਵੱਲ ਸੀ ਆਵਾਮ ਦਾ ਕਿਆ ਬਣ ਸੀ, ਅਤੇ ਲੈਟ ਵਾਲੇ ਇੱਕ ਤਾਂ ਲੈਟ ਵਾਲੇ ਸਭ ਤੰਗ ਕੀਤੀ ਖੜੇ, ਹੁਣ ਸੀ ਲੈਟ ਥੋੜ੍ਹੀ ਦੇਰ ਪਹਿਲੇ ਆਈ ਹੈ, ਅਗਰ ਲੈਟ ਹੋਵੇ ਨਾ ਤਾਂ ਵੱਲ ਵੀ ਗੁਜ਼ਾਰਾ ਥੀ ਵੀ ਦੇ ਪੱਖੇ ਤਲੇ, ਹੁਣ ਤਾਂ ਪੱਖੇ ਤਲੇ ਵੀ ਸੁੰਮੋ ਅਤੇ ਪਸੀਨਾ ਆਉਂਦੇ, ਪੱਖੇ ਤਲੇ ਸੁੰਮੋ ਪਸੀਨਾ ਆਉਂਦੇ, ਰੇਗੀ ਨੂੰ ਹਵਾ ਨਹੀਂ ਲੱਗਦੀ, ਪਸੀਨਾ ਆਉਂਦੇ, ਗਰਮ ਹਵਾ ਆਉਂਦੀ ਹੈ, ਅਤੇ ਇਹਦੇ ਕੋਲ ਬਾਹਰ ਉਸੇ ਕਾਲੀ ਇਹਦੇ ਕੋਲ ਬੰਦਾ ਦਰਖਤ ਦੀ ਛਾਂ ਤਲੇ ਬਹਿ ਵਜੇ ਉਹ ਬਾਰੇ ਚੇਕਾਂ,
ਤੇ ਹੁਣ ਲਾਗੇ ਤਾਗੇ ਕਈ ਦਾ ਬੋਰ ਹੀ ਕਹਿੰਦਾ ਚੱਲਦਾ ਪਿਆ ਬੰਦਾ ਵਾਂ ਤੇ ਥਾਂ ਗਿਣੇ, ਕਿਉਂਕਿ ਗਰਮੀ ਤੱਕ ਪਤਾ ਕਿਤਨੀ ਹੈ। ਅਤੇ ਨਹਿਰ ਜਿਹੜੀ ਹੈ, ਨਹਿਰ ਵੀ ਸੁੱਕ ਗਈ ਹੈ ਹੁਣ। ਨਹਿਰ ਸੁੱਕਣ ਦੀ ਵਜ੍ਹਾ ਨਾਲ ਨਾ ਅੱਜ ਕੱਲ੍ਹ ਜਿਹੜੇ ਬੋਰ ਚੱਲ ਸਨ ਉਹ ਕਾਫੀ ਜ਼ਿਆਦਾ ਚੱਲ ਸਨ, ਅਤੇ ਗਰਮੀ ਵੀ ਇਤਨੀ ਹੈ, ਇਤਨੀ ਤੱਕ ਮੈਂ ਦੱਸਾ ਨਹੀਂ ਸਕਦਾ, ਇਤਨੀ ਸੀ ਗਰਮੀ ਪਾਉਂਦੀ ਪਈ ਹੈ। ਸਾਰੇ ਹੀ ਦਾ ਕਸੂਰ ਹੈ, ਮੇਰਾ ਕੋਈ ਕਸੂਰ ਨਹੀਂ, ਤੇਰਾ ਸਾਰਾ ਹੀ ਦਾ ਕਸੂਰ ਹੈ, ਸਾਰੀ ਉਹ ਗਰਮੀ ਪਈ ਹੋਈ ਨਹੀਂ, ਤੇਰੇ ਕੰਮ ਹਨ ਸਾਰੇ, ਮੇਰਾ ਕੋਈ ਕੰਮ ਨਹੀਂ, ਤੇਰਾ ਕੰਮ ਹੀ ਦਾ ਹੈ, ਸਾਰਾ ਕਸੂਰ ਯੂਰਸ ਹੀ ਦਾ ਹੈ, ਕਿੰਬੀ ਇਹਦਾ ਕਸੂਰ ਕਹਿੰਦੀ ਹੀ ਦਾ ਕਸੂਰ ਹੈ, ਸਾਰੀ ਗਰਮੀ ਜਿਹੜੀ ਗਰਮੀ ਹੈ ਕਹਿਣਾ, ਸਾਰੀ ਗਰਮੀ ਜਿਹੜੀ ਕੀਤੀ ਹੈ ਹੀ ਕੀਤੀ ਹੈ, ਉੱਥੇ ਬਹਿ ਆ 5 ਮਿੰਟ ਉੱਤੇ, ਇਹਦੇ ਖਾਂ ਛਾਂ ਤੇ ਬੈਠੇ ਪਸੀਨਾ ਆਉਂਦਾ ਪਏ, ਬੋਰ ਚੱਲਦਾ ਪਿਆ ਵਾ ਤੇ ਬੰਦਾ ਉਤੋਂ ਥਾਂ ਆਵੇ, ਪਿਆ ਮੈਂ ਖੁਦ ਵੀ ਨਲਕੇ ਤੂੰ ਥਾਂ ਤੇ ਆ, ਹੁਣ ਦੇਖੋ ਕੂੜ ਮਰਨਾ ਪਏ, ਚਿੱਟੇ ਦੀ ਕੂੜ ਮਰਨਾ ਪਏ, ਉਹ ਬੰਦਾ ਇਹ ਦੇਖ ਗਏ, ਇਹ ਬੰਦਾ ਤਾਂ ਕਿਤੇ ਨਿਜ਼ਰੇ ਨਾ, ਤੇ ਤੁਸਾਂ ਲਾਜ਼ਮੀ ਟਕਰੇ ਨਾ ਲਾਜ਼ਮੀ ਪੁੱਛਿਆ ਬੀ ਗਰਮੀ ਹੈ ਜਾਂ ਕਹਿਣ, ਠੀਕ ਹੈ ਤਾਂ ਬੰਦਾ ਖਾਸ ਤੌਰ ਤੇ ਤਾਂ ਬੰਦਾ ਜਿਹੜਾ ਹੈ ਨਾ ਇਹ 15 ਚੱਕ ਦੇ ਵਿੱਚ ਨਜ਼ਰ ਸੀ, ਕਈ ਵੇਲੇ ਬੱਕਰੀਆਂ ਚਰੇ ਦਾ ਵਧਾ ਸੀ, ਕਈ ਵੇਲੇ ਚੱਕੀ ਤੇ ਬੈਠਾ ਤਾਂ ਨਜ਼ਰ ਸੀ, ਤਾਂ ਅਸੀਂ ਤੱਕ ਪਤਾ ਹੈ ਚੱਕੀ ਵਾਲਾ ਮਸ਼ਹੂਰ ਹੈ, ਅੱਜ ਕੱਲ੍ਹ ਅਸੀਂ ਕਰਵਾ ਗਰਮੀ ਦੀ ਵਜ੍ਹਾ ਤੋਂ ਕਰਵਾ ਕੇ ਦੀਏ ਟਿੰਡ ਕਰਵਾ ਕੇ ਦੀ, ਤੂੰ ਕਰਨ ਕਰਵੇ ਸੀ, ਮੈਂ ਕਰੇਂਦਾ ਨਹੀਂ,